ਸੀਨੀਅਰ ਕਾਂਗਰਸੀ ਆਗੂ ਰਾਜਕਮਰ ਵੇਰਕਾ ਨੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕਿ ਹੁਣ ਭਾਰਤ ਦੇ ਨਕਸ਼ੇ ਤੋਂ ਆਪ ਖਤਮ ਹੋ ਗਈ ਹੈ। ਨਾਲੇ ਉਹਨਾਂ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਸਰਕਾਰ 5 ਰੁਪਏ ਫੀ ਯੂਨਿਟ ਦੀਆਂ ਦਰਾਂ ਨਾਲ ਬਿਜਲੀ ਦੇਗੀ ਤੇ ਛੇਤੀ ਹੀ ਕਿਸਾਨਾਂ ਦੇ ਕਰਜ਼ਾ ਮਾਫ਼ ਦੀ ਦੀ ਕਿਸ਼ਤ ਵੀ ਜਾਰੀ ਹੋਏਗੀ। ਮਨੀਸ਼ ਸ਼ਿਸ਼ੋਧਿਆ ਨੂੰ ਇੱਥੇ ਚਾਰਜ ਦਿੱਤਾ ਪੰਜਾਬ ਦਾ ਤੇ ਇੱਥੇ ਹੁਣ ਬੜੀ ਜ਼ਿਆਦਾ ਲਹਿਰ ਆਮ ਆਦਮੀ ਪਾਰਟੀ ਦੀ ਆਊਗੀ। ਲੇਕਿਨ ਮੈਂ ਪੁੱਛਣਾ ਚਾਹਾਂ ਕਿ ਗੁਜਰਾਤ ਦੇ ਅੰਦਰ ਖੁਦ ਅਰਵਿੰਦ ਕੇਤਰੀ ਵਾਲੇ ਇੰਚਾਰਜ ਸੀਗੇ 33 ਸੀਟਾਂ ਦੇ ਉੱਪਰ ਇਲੈਕਸ਼ਨ ਤੁਸੀਂ ਲੜਿਆ 33 ਦੀਆਂ 33ਾਂ ਜਵਾਨਤਾ ਜਬਤ ਹੋਈਆਂ ਤੁਸੀਂ ਲੋਕਾਂ ਦਾ ਵਿਸ਼ਵਾਸ ਖੋ ਚੁੱਕਿਆ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਨਕਸ਼ੇ ਤੋਂ ਖਤਮ ਹੁੰਦੀ ਜਾ ਰਹੀ ਹੈ ਸਿਰਫ ਕਲੈਰੀਕਲੀ ਡਿਲੇ ਹੋਇਆ ਹੈ ਲੇਕਿਨ ਕੱਲ ਮੁੱਖ ਮੰਤਰੀ ਜੀ ਨੇ ਉਸ ਤੇ ਰਿਵਿਊ ਕੀਤਾ ਰਿਵਿਊ ਕਰਕੇ ਉਹਨਾਂ ਨੇ ਬੜਾ ਸਪਸ਼ਟ ਆਰਡਰ ਪਾਸ ਕਰਤਾ ਮੈਨੂੰ ਉਮੀਦ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਔਰ 5 ਰੁਪਏ ਯੂਨਿਟ ਜਿਹੜਾ ਬਿਜਲੀ ਹੈ ਉਹ ਦਿੱਤੀ ਜਾਏਗੀ ਕਿਸਾਨਾਂ ਵਾਲੀ ਜਿਹੜੇ ਜਿਹੜੇ ਆਮ ਚਰਚਾ ਦਾ ਵਿਸ਼ਾ ਬੰਦ ਹੈ ਔਰ ਉਹਦੇ ਵਾਸਤੇ ਪਹਿਲੀ ਕਿਸ਼ਤ ਕਿਉਂਕਿ ਇਹ 14 ਤਰੀਕ ਨੂੰ ਜਾਰੀ ਕਰਨੀ ਸੀ ਇਹ ਇਲੈਕਸ਼ਨ ਕੋਡ ਲੱਗਣ ਕਰਕੇ ਉਹ ਨਹੀਂ ਕੀਤੀ ਗਈ ਇਹ ਕਿਸੇ ਵੀ 24 48 ਘੰਟੇ ਵਿੱਚ ਕਿਸੇ ਵਕਤ ਵੀ ਮੁਮਕਿਨ ਹੈ ਔਰ ਜਾਰੀ ਹੋ ਜਾਏਗੀ